ਗਲੋਬਲ ਇਕਨੋਮੀ ਤੇ ਇੰਨਾ ਜਿਆਦਾ ਅਸਰ ਪੈ ਰਿਹਾ ਵੀ ਰਸ਼ੀਆ ਦੀ ਪ੍ਰਾਈਮ ਮਿਨਿਸਟਰ ਸੌਰੀ ਬ੍ਰਿਟਿਸ਼ ਦੀ ਪ੍ਰਾਈਮ ਮਿਨਿਸਟਰ ਨੇ 6 ਹਫਤਿਆਂ ਦੇ ਵਿੱਚ ਹੀ ਆਪਣਾ ਜਿਹੜਾ ਅਸਤੀਫਾ ਦੇ ਦਿੱਤਾ ਹੈਗਾ ਸਤੰਬਰ 6 ਨੂੰ ਲੇਜ਼ ਟਰਸ ਜੋ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਬਣੀ ਸੀ ਉਸਨੇ ਸੌਹ ਚੁੱਕੀ ਸੀ ਕੁਈਨ ਐਲਿਜ਼ਾਬੈਥ 2 ਤੋਂ ਤੇ ਅੱਜ ਉਸਨੇ ਰਿਜ਼ਾਈਨ ਕਰ ਦਿੱਤਾ ਹੈ पाउंड ਇੰਗਲੈਂਡ ਦਾ ਐਨ ਥੱਲੇ ਨੂੰ ਡਿੱਗਦਾ ਜਾ ਰਿਹਾ ਜਿੱਦਾਂ ਰੁਪਈਆ ਥੱਲੇ ਨੂੰ ਡਿੱਗਦਾ ਜਾ ਰਿਹਾ ਹੈਗਾ ਤੇ ਹੁਣ ਦੇਖੋ ਭਈ ਕਹਿੰਦੇ ਭਈ ਇੰਗਲੈਂਡ ਦੀ ਹਿਸਟਰੀ ਦੇ ਵਿੱਚ ਸਭ ਤੋਂ ਛੋਟੀ ਟਰਮ ਸਰਵ ਕਰਨ ਵਾਲੀ ਇਹ ਪ੍ਰਾਈਮ ਮਿਨਿਸਟਰ ਬਣੀ ਹੈਗੀ ਹੈ ਜੀ 45 ਦਿਨਾਂ ਦਾ ਸਿਰਫ ਇਹਦਾ ਕਾਰਜਕਾਲ ਜਿਹੜਾ ਹੋ ਰਿਹਾ ਆ ਉਸੇ ਦਿਨਾਂ ਹਨ ਇਹਨਾਂ ਦੀ ਰਾਣੀ ਵੀ ਗਈ ਤੇ ਇੱਕ ਪ੍ਰਧਾਨ ਮੰਤਰੀ ਜਿਹੜਾ ਆ ਉਹ ਵੀ ਨਾਲ ਦੇ ਨਾਲ ਗਿਆ ਤੇਜੀ ਇੱਕ ਹਫਤੇ ਦਾ ਜਿਹੜਾ ਫਾਈਨੈਂਸ ਮਿਨਿਸਟਰ ਆ ਉਸ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਸੀ ਤੇ ਹੁਣ ਜਿਹੜਾ ਆ ਉਹ ਕੰਮ ਔਖਾ ਆ ਹੁਣ ਇਹਦੀ ਥਾਂ ਤੇ ਜਿੰਨੇ ਵੀ ਇਹ ਸ਼ੂ ਭਰਨੇ ਆ ਉਹਦੇ ਲਈ ਕੰਮ ਬੜਾ ਔਖਾ ਆ ਸੋ ਇਸ ਨੇ ਆਉਂਦੇ ਹੀ ਪਹਿਲਾਂ ਲੁਭਾਵ ਨੇ ਟੈਕਸਟ ਕੱਟਸ ਦੇ ਐਲਾਨ ਕਰ ਦਿੱਤੇ ਜਿਸ ਨੂੰ ਦੇਖਿਆ ਗਿਆ ਵੀ ਇਹ ਤਾਂ ਗੱਲ ਜਿਹੜੀ ਉਹ ਬਣਦੀ ਨਹੀਂ ਆ ਵੀ ਇਹਦੇ ਨਾਲ ਤਾਂ ਸਰਨਾ ਨਹੀਂ ਆ ਤੇ ਇਹ ਕਹਿੰਦੇ ਆ ਵੀ ਹੁਣ ਫਿਰ ਇਵੈਂਚੁਅਲੀ ਉਹਨਾਂ ਤੋਂ ਵੀ ਯੂ ਟਰਨ ਮਾਰਨਾ ਪਿਆ ਤੇ ਦਬਾਵ ਜਿਹੜਾ ਉਹ ਨਾ ਚੱਲਦੀ ਹੋਈ ਆ ਆਪਾਂ ਕਹਿ ਸਕਦੇ ਆ ਵੀ ਇਸ ਟਾਈਮ ਇਸ ਨੂੰ ਅਸਤੀਫਾ ਜਿਹੜਾ ਉਹ ਦੇਣਾ ਪੈ ਰਿਹਾ ਆ ਕਿ ਆਸ ਰਹੀਆਂ ਲਾਰੇ ਆ ਵੀ ਕੀ ਮੁੜ ਕੇ ਬਾਰਿਸ਼ ਜான்ਸਨ ਦੁਬਾਰਾ ਪ੍ਰਧਾਨ ਮੰਤਰੀ ਦੀ ਰੇਸ ਦੇ ਵਿੱਚ ਆ ਸਕਦਾ ਆ ਪਿਛਲੀ ਵਾਰੀ ਰਿਸ਼ੀ ਸੁਨਾਕ ਤੇ ਟਰਸਟ ਦੇ ਦਰਮਿਆਨ ਟੱਕਰ ਸੀ ਜਿਸ ਵਿੱਚ ਟਰਸਟ ਨੇ ਜੇਤ ਪ੍ਰਾਪਤ ਕੀਤੀ ਸੀ ਹੁਣ ਦੇਖਦੇ ਆਂ ਵੀ ਆ ਬੈਲ ਮੁਝੇ ਮਹਾਰਾਲੀ ਜਿਹੜੀ ਗੱਲ ਆ ਇਸ ਟਾਈਮ ਉੱਥੇ ਜੋ ਸਥਿਤੀ ਬਣੀ ਪਈ ਆ ਪੋਲਿਟੀਕਲੀ ਤੇ ਨਾਲ ਦੇ ਨਾਲ ਜਿਹੜੀ ਇਕਨੋਮਿਕਲੀ ਕੌਣ ਆਂਦਾ ਕੱਲ ਹੀ ਆਪਾਂ ਤੁਹਾਨੂੰ ਦੱਸਨੇ ਸੀ ਵੀ ਉਹਨਾਂ ਦੇ ਆਪਣੇ ਨਿੱਜੀ ਕਨਜ਼ਰਵੇਟਿਵ ਪਾਰਟੀ ਦੇ ਜਿਹੜੇ ਕਈ ਲੀਡਰ ਆ ਉਹ ਆਖਰੇ ਸੀਗੇ ਵੀ ਇਹਦਾ ਬਾਹਰ ਦਾ ਰਸਤਾ ਸੀਨ ਨੂੰ ਦਿਖਾਵਾਂਗੇ ਤਾਂ ਲਓ ਜੀ ਇਹ ਹੋ ਗਿਆ ਆ ਤੇ ਉਧਰ ਸਕਾਟਲੈਂਡ ਦੇ ਲੀਡਰ ਉਹਨਾਂ ਨੇ ਬ੍ਰਿਟੇਨ ਦੀ ਜਿਹੜੀ ਪੋਲਿਟਿਕਸ ਉਸ ਦੇ ਉੱਤੇ ਕਿਹਾ ਵੀ ਇਸ ਟਾਈਮ ਪੂਰੇ ਸ਼ੈਂਬਲਸ ਚ ਵੀ ਬਹੁਤ ਬੁਰਾ ਹਾਲ ਆ ਫਰਾਂਸ ਦੇ ਰਾਸ਼ਪਤੀ ਮੈਕਰੋ ਉਹਨਾਂ ਨੇ ਕਿਹਾ ਆ ਵੀ ਅਸੀਂ ਉਮੀਦ ਕਰਦੇ ਹਾਂ ਵੀ ਬ੍ਰਿਟੇਨ ਦੇ ਵਿੱਚ ਸਟੇਬਿਲਿਟੀ ਜਿਹੜੀ ਉਹ ਆਵੇ ਹੁਣ ਯੂਕੇ ਤੇ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹਨਾਂ ਦੇ ਲਈ ਇੱਕ ਵੱਡੀ ਜਿਹੜੀ ਔਰ ਜੋਸ਼ ਸਿੰਘ ਦੀ ਚੁਣੌਤੀ ਇਹ ਆ ਵੀ ਇਹਦੀ ਥਾਂ ਦੇ ਉੱਤੇ ਹੁਣ ਰਿਪਲੇਸ ਨੂੰ ਜਿਹੜਾ ਆ ਉਹ ਕੀਤਾ ਜਾਵੇ ਸੋ ਕੰਜ਼ਰਵੇਟਿਵ ਪਾਰਟੀ ਇੱਕ ਥਾਂ ਦੇ ਉੱਤੇ ਚਰਚਿਲ ਥੈਚਰ ਉਹਨਾਂ ਵਰਗੀਆਂ ਜਿਹੜੇ ਕਹਿੰਦੇ ਵੀ ਵੱਡੇ ਵੱਡੇ ਜਿਹੜੇ ਲੀਡਰਾਂ ਦੇ ਵਿੱਚ ਹੁਣ ਇਹਨਾਂ ਨੂੰ ਕੋਈ ਲੀਡਰ ਹੀ ਜਿਹੜਾ ਆ ਉਹ ਲੱਭਣਾ ਔਖਾ ਹੋਇਆ ਪਿਆ ਹੈਗਾ ਜੀ ਜਿਹੜੀ ਲੇਬਰ ਪਾਰਟੀ ਆ ਉਹ ਕਹਿੰਦੀ ਦੁਬਾਰਾ ਕੀ ਇਲੈਕਸ਼ਨ ਇਮੀਡੀਏਟਲੀ ਹੋਵੇ ਗਲੋਬਲ ਇਕਨੋਮੀ ਤੇ ਇੰਨਾ ਜਿਆਦਾ ਅਸਰ ਪੈ ਰਿਹਾ ਵੀ ਰਸ਼ੀਆ ਦੀ ਪ੍ਰਾਈਮ ਮਿਨਿਸਟਰ ਸੌਰੀ ਬ੍ਰਿਟਿਸ਼ ਦੀ ਪ੍ਰਾਈਮ ਮਿਨਿਸਟਰ ਨੇ 6 ਹਫਤਿਆਂ ਦੇ ਵਿੱਚ ਹੀ ਆਪਣਾ ਜਿਹੜਾ ਅਸਤੀਫਾ ਦੇ ਦਿੱਤਾ ਹੈਗਾ ਸਤੰਬਰ 6 ਨੂੰ ਲੇਜ਼ ਟਰਸ ਜੋ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਬਣੀ ਸੀ ਉਸਨੇ ਸੌਹ ਚੁੱਕੀ ਸੀ ਕੁਇਨ ਐਲਿਜ਼ਾਬੈਥ 2 ਤੋਂ ਤੇ ਅੱਜ ਉਸਨੇ ਰਿਜ਼ਾਈਨ ਕਰ ਦਿੱਤਾ ਹੈ ਪਾਉਂਡ ਇੰਗਲੈਂਡ ਦਾ ਐਨ ਥੱਲੇ ਨੂੰ ਡਿੱਗਦਾ ਜਾ ਰਿਹਾ ਜਿੱਦਾਂ ਰੁਪਈਆ ਥੱਲੇ ਨੂੰ ਡਿੱਗਦਾ ਜਾ ਰਿਹਾ ਹੈਗਾ ਤੇ ਹੁਣ ਦੇਖੋ ਭਈ ਕਹਿੰਦੇ ਭਈ ਇੰਗਲੈਂਡ ਦੀ ਹਿਸਟਰੀ ਦੇ ਵਿੱਚ ਸਭ ਤੋਂ ਛੋਟੀ ਟਰਮ ਸਰਵ ਕਰਨ ਵਾਲੀ ਇਹ ਪ੍ਰਾਈਮ ਮਿਨਿਸਟਰ ਬਣੀ ਹੈਗੀ ਹੈ ਜੀ 45 ਦਿਨਾਂ ਦਾ ਸਿਰਫ ਇਹਦਾ ਕਾਰਜਕਾਲ ਜਿਹੜਾ ਹੋ ਰਿਹਾ ਆ ਉਸੇ ਦਿਨਾਂ ਹਨ ਇਹਨਾਂ ਦੀ ਰਾਣੀ ਵੀ ਗਈ ਤੇ ਇੱਕ ਪ੍ਰਧਾਨ ਮੰਤਰੀ ਜਿਹੜਾ ਆ ਉਹ ਵੀ ਨਾਲ ਦੇ ਨਾਲ ਗਿਆ ਤੇਜੀਕ ਹਫਤੇ ਦੇ ਜਿਹੜਾ ਫਾਈਨੈਂਸ ਮਿਨਿਸਟਰ ਆ ਉਸ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਸੀ ਤੇ ਹੁਣ ਜਿਹੜਾ ਆ ਉਹ ਕੰਮ ਔਖਾ ਆ ਉਹਨਾਂ ਇਹਦੀ ਥਾਂ ਤੇ ਜਿੰਨੇ ਵੀ ਇਹ ਸ਼ੂ ਭਰਨੇ ਆ ਉਹਦੇ ਲਈ ਕੰਮ ਬੜਾ ਔਖਾ ਆ ਸੋ ਇਸ ਨੇ ਆਉਂਦੇ ਪਹਿਲਾਂ ਲੁਭਾਵ ਨੇ ਟੈਕਸਟ ਕੱਟਸ ਦੇ ਐਲਾਨ ਕਰ ਦਿੱਤੇ ਜਿਸ ਨੂੰ ਦੇਖਿਆ ਗਿਆ ਵੀ ਇਹ ਤਾਂ ਗੱਲ ਜਿਹੜੀ ਉਹ ਬਣਦੀ ਨਹੀਂ ਆ ਵੀ ਇਹਦੇ ਨਾਲ ਤਾਂ ਸਰਨਾ ਨਹੀਂ ਤੇ ਇਹ ਕਹਿੰਦੇ ਆ ਵੀ ਹੁਣ ਫਿਰ ਇਵੈਂਚੁਅਲੀ ਉਹਨਾਂ ਤੋਂ ਵੀ ਯੂ ਟਰਨ ਮਾਰਨਾ ਪਿਆ ਤੇ ਦਬਾਅ ਜਿਹੜਾ ਉਹ ਨਾ ਚੱਲਦੀ ਹੋਈ ਆ ਆਪਾਂ ਕਹਿ ਸਕਦੇ ਆ ਵੀ ਇਸ ਟਾਈਮ ਇਸ ਨੂੰ ਅਸਤੀਫਾ ਜਿਹੜਾ ਉਹ ਦੇਣਾ ਪੈ ਰਿਹਾ ਆ ਕਿ ਆਸ ਰਹੀਆਂ ਲਾਰੇ ਆ ਵੀ ਕੀ ਮੁੜ ਕੇ ਬਾਰਿਸ਼ ਜான்ਸਨ ਦੁਬਾਰਾ ਪ੍ਰਧਾਨ ਮੰਤਰੀ ਦੀ ਰੇਸ ਦੇ ਵਿੱਚ ਆ ਸਕਦਾ ਆ ਪਿਛਲੀ ਵਾਰੀ ਰਿਸ਼ੀ ਸੋਨਾਕ ਤੇ ਟਰਸਟ ਦੇ ਦਰਮਿਆਨ ਟੱਕਰ ਸੀ ਜਿਸ ਵਿੱਚ ਟਰਸਟ ਨੇ ਜਿੱਤ ਪ੍ਰਾਪਤ ਕੀਤੀ ਸੀ ਹੁਣ ਦੇਖਦੇ ਆਂ ਵੀ ਆ ਬੈਲ ਮੁਝੇ ਮਾਰ ਵਾਲੀ ਜਿਹੜੀ ਗੱਲ ਆ ਇਸ ਟਾਈਮ ਉੱਥੇ ਜੋ ਸਥਿਤੀ ਬਣੀ ਪਈ ਆ ਪੋਲਿਟੀਕਲੀ ਤੇ ਨਾਲ ਦੇ ਨਾਲ ਜਿਹੜੀ ਇਕਨੋਮਿਕਲੀ ਕੌਣ ਆਂਦਾ ਕੱਲੀ ਆਪਾਂ ਤੁਹਾਨੂੰ ਦੱਸ ਰਹੇ ਸੀ ਵੀ ਉਹਨਾਂ ਦੇ ਆਪਣੇ ਨਿੱਜੀ ਕਨਜ਼ਰਵੇਟਿਵ ਪਾਰਟੀ ਦੇ ਜਿਹੜੇ ਕਈ ਲੀਡਰ ਆ ਉਹ ਆਖਰੇ ਸੀਗੇ ਵੀ ਇਹਦਾ ਬਾਹਰ ਦਾ ਰਸਤਾ ਅਸੀਂ ਉਹ ਦਿਖਾਵਾਂਗੇ ਤਾਂ ਲਓ ਜੀ ਇਹ ਹੋ ਗਿਆ ਆ ਤੇ ਉਧਰ ਸਕਾਟਲੈਂਡ ਦੇ ਲੀਡਰ ਉਹਨਾਂ ਨੇ ਬ੍ਰਿਟੇਨ ਦੀ ਜਿਹੜੀ ਪੋਲਿਟਿਕਸ ਹਾਸ ਤੇ ਉੱਤੇ ਕਿਹਾ ਵੀ ਇਸ ਟਾਈਮ ਪੂਰੇ ਸ਼ੈਂਬਲਸ ਚ ਬਹੁਤ ਬੁਰਾ ਹਾਲ ਆ ਫਰਾਂਸ ਦੇ ਰਾਸ਼ਟਰਪਤੀ ਮੈਕਰੋ ਉਹਨਾਂ ਨੇ ਕਿਹਾ ਆ ਵੀ ਅਸੀਂ ਉਮੀਦ ਕਰਦੇ ਹਾਂ ਵੀ ਬ੍ਰਿਟੇਨ ਦੇ ਵਿੱਚ ਸਟੇਬਿਲਟੀ ਜਿਹੜੀ ਉਹ ਆਵੇ ਹੌਣ ਯੂਕੇ ਤੇ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹਨਾਂ ਦੇ ਲਈ ਇੱਕ ਵੱਡੀ ਜਿਹੜੀ ਔਰ ਜੋ ਸੰਜੀ ਚਣੌਤੀ ਇਹ ਆ ਵੀ ਇਹਦੀ ਥਾਂ ਦੇ ਉੱਤੇ ਹੁਣ ਰਿਪਲੇਸ ਇਹਨੂੰ ਜਿਹੜਾ ਆ ਉਹ ਕੀਤਾ ਜਾਵੇ ਸੋ ਕੰਜ਼ਰਵੇਟਿਵ ਪਾਰਟੀ ਇੱਕ ਥਾਂ ਦੇ ਤੇ ਚਰਚਿਲ ਥੈਚਰ ਉਹਨਾਂ ਵਰਗੀਆਂ ਜਿਹੜੇ ਕਹਿੰਦੇ ਵੀ ਵੱਡੇ ਵੱਡੇ ਜਿਹੜੇ ਲੀਡਰਾਂ ਦੇ ਵਿੱਚ ਹੁਣ ਇਹਨਾਂ ਨੂੰ ਕੋਈ ਲੀਡਰ ਹੀ ਜਿਹੜਾ ਆ ਉਹ ਲੱਭਣਾ ਔਖਾ ਹੋਇਆ ਪਿਆ ਹੈਗਾ ਜੀ ਬਈ ਜਿਹੜੀ ਲੇਬਰ ਪਾਰਟੀ ਆ ਉਹ ਕਹਿੰਦੀ ਦੁਵਾਰਾ ਕੀ ਇਲੈਕਸ਼ਨ ਇਮੀਡੀਏਟਲੀ ਹੋਵੇ